ਇਹ ਤੁਹਾਡਾ ਵੈਸਟ ਬੰਗਾਲ ਦਾ ਨੰਬਰ ਹੈ ਜੀ ਇਹਦਾ? ਵੈਸਟ ਬੰਗਾਲ ਦਾ ਨੰਬਰ, ਹਾਂਜੀ ਠੀਕ ਹੈ ਜੀ। ਇਹ 2021 ਮਾਡਲ ਟਰੈਕਟਰ ਹੈ, 21 ਮਾਡਲ, ਹਾਂ 10ਵੇਂ ਮਹੀਨੇ 2021 ਦੀ ਇਹਦੀ ਮੈਨੂਫੈਕਚਰਿੰਗ ਹੈ ਟਰੈਕਟਰ ਦੀ, ਠੀਕ ਹੈ ਜੀ। ਹਾਂਜੀ ਇਹ ਵੀ 60 ਹੈ ਮਾਈਲੇਜ ਮਾਸਟਰ, ਜਿਹਨੂੰ MM ਕਹਿ ਦਿੰਦੇ ਆਪਾਂ, ਠੀਕ ਹੈ ਠੀਕ ਹੈ ਜੀ। 2016 ਮਾਡਲ ਟਰੈਕਟਰ ਹੈ ਇਹ ਵੀਰ ਜੀ, ਪੰਜਾਬ ਦਾ ਨੰਬਰ ਹੈ, ਪੰਜਾਬ ਦਾ ਨੰਬਰ ਹੈ ਜੀ, ਹਾਂ ਜਲੰਧਰ ਦਾ ਨੰਬਰ ਹੈ ਇਹਦਾ, ਜਲੰਧਰ ਦਾ ਜੀ, ਠੀਕ ਹੈ ਜੀ। ਤੇ 16 ਮਾਡਲ ਹੈ, 2016 ਮਾਡਲ ਹੈ ਜੀ, ਹਾਂਜੀ। 5 ਫੁੱਟ ਤੋਂ ਲੈ ਕੇ 8 ਫੁੱਟ ਤੱਕ, ਜਿਵੇਂ ਕਿ 5 ਫੁੱਟ ਵਾਲਾ ਹੋ ਗਿਆ, 6 ਵਾਲਾ ਹੋ ਗਿਆ, 7 ਵਾਲਾ ਹੋ ਗਿਆ, 8 ਫੁੱਟ ਵਾਲਾ ਹੋ ਗਿਆ, ਜਿਹੜਾ 8 ਫੁੱਟ ਦਾ ਆਪਣਾ ਰੋਟਾਵੇਟਰ ਆ ਉਹ 95,000 ਰੁਪਏ ਦਾ ਜੀ, 95,000 8 ਫੁੱਟ ਦਾ, ਹਾਂਜੀ ਹਾਂ। ਇਹ ਵੀਰ ਜੀ ਉਹ ਸੇਮ ਹੀ ਆ ਬਾਹਰਲੇ ਨਾਲ ਦਾ ਹੀ ਆ, ਠੀਕ ਹੈ ਜੀ, ਦੋਨੋਂ ਜਿਹੜੇ ਟਰੈਕਟਰ ਨੇ ਠੀਕ ਹੈ, ਸੇਮ ਹੀ ਨੇ। ਸਤਿ ਸ੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਜੀ ਅੱਜ ਦੀ ਨਿਊਜ਼ ਦੇ ਵਿੱਚ। ਪਿਆਰੇ ਵੀਰੋ, ਅੱਜ ਆਪਾਂ ਆਏ ਆ ਪ੍ਰੀਤ ਟਰੈਕਟਰ ਦੀ ਏਜੰਸੀ ਦੇ ਵਿੱਚ। ਉਰੇ ਵੀਰਾਂ ਕੋਲ ਟਰੈਕਟਰ ਨੇ, ਕੱਟੇ ਹੋਏ ਟਰੈਕਟਰ ਨੇ, ਇਹ ਟਰੈਕਟਰ ਸੇਲ ਲਈ ਵੀਰਾਂ ਕੋਲ ਮੌਜੂਦ ਨੇ। ਇਹਦੇ ਨਾਲ ਸਾਊਂਡ ਖੜਿਆ ਜਿਵੇਂ ਪ੍ਰੀਤ ਖੜਿਆ, 4x4 ਟਰੈਕਟਰ ਨੇ ਵੀਰੋ ਨੂੰ ਆਪਾਂ ਬਿਊਟੀਫਾਈ ਦੇ ਰੇਟ ਮਾਡਲ ਅਤੇ ਇਹਦੀ ਕੰਡੀਸ਼ਨ ਦੀ ਸਾਰੀ ਜਾਣਕਾਰੀ ਦੇਵਾਂਗੇ। ਵੀਰੋ ਸਵਾਗਤ ਆਪਣੇ ਚੈਨਲ 'ਤੇ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਆਪਣੀ ਏਜੰਸੀ ਦਾ ਸਹੀ ਐਡਰੈਸ ਦੇ ਦਿਓ ਜੀ, ਪਤਾ ਕਿ ਬੰਦੇ ਨੂੰ ਆਉਣ ਦੀ ਲੋਕੇਸ਼ਨ ਹੋਵੇ। ਵੀਰ ਜੀ, ਏਜੰਸੀ ਆਪਣੀ ਨਾਭਾ ਪਟਿਆਲਾ ਰੋਡ ਦੇ ਉੱਪਰ, ਪਿੰਡ ਪੈਂਦਾ ਰੱਖੜਾ, ਠੀਕ ਹੈ ਜੀ, ਠੀਕ ਹੈ ਠੀਕ। ਹਾਂਜੀ, ਜਿਵੇਂ ਆਪਣਾ ਟਰੈਕਟਰ ਖੜ੍ਹਾ ਜੀ ਆਪਣਾ ਉਪਰੇਤ 65 ਜੀ, ਹਾਂਜੀ। ਇਹ ਸਭ ਤੋਂ ਪਹਿਲਾਂ ਜੀ ਟਰੈਕਟਰ ਜੀ ਕਿੱਥੋਂ ਦਾ ਨੰਬਰ ਹੈ ਜੀ ਇਹ? ਮਤਲਬ ਇਹ ਵੀਰ ਜੀ ਪੰਜਾਬ ਦਾ ਨੰਬਰ ਹੈ, ਪੰਜਾਬ ਦਾ ਨੰਬਰ ਹੈ, ਹਾਂ ਜਲੰਧਰ ਦਾ ਨੰਬਰ ਹੈ ਇਹਦਾ, ਜਲੰਧਰ ਦਾ ਜੀ, ਠੀਕ ਹੈ ਜੀ। ਅਤੇ 16 ਮਾਡਲ ਹੈ, 2016 ਮਾਡਲ ਹੈ ਜੀ, ਹਾਂਜੀ। ਇਹਦਾ ਮਤਲਬ ਵੀ ਮੈਕੋ ਦੇ ਪੰਪ 'ਚ ਹੋਊਗਾ, ਸਿੰਪਲ ਹੈ ਨਾ ਜੀ? ਹਾਂਜੀ ਹਾਂ, ਇਹ ਪਹਿਲਾਂ ਵਾਲਾ ਜੋ ਸਿਸਟਮ ਆਉਂਦਾ ਸੀ ਮੈਕੋ ਦੇ ਪੰਪ ਦੇ ਵਿੱਚ, ਠੀਕ ਹੈ ਜੀ। EGR ਵਾਲਾ ਟਰੈਕਟਰ ਹੈ ਜੀ, EGR ਵਾਲਾ, ਠੀਕ ਹੈ, ਹਾਂਜੀ। ਮੇਰੀ ਕੰਡੀਸ਼ਨ ਚੈੱਕ ਕਰਾ ਰਹੇ ਜੀ, ਟਾਇਰ ਦੀ ਕੰਡੀਸ਼ਨ ਮਤਲਬ ਵੀ 70-80% ਟਾਇਰ ਪਏ ਨੇ ਜੀ, ਹਾਂਜੀ। ਅਤੇ ਮਤਲਬ ਵੀ ਇਹ 3 ਸਪੀਡ ਦੇ ਵਿੱਚ ਹੋਊਗਾ ਨਾ ਜੀ, 65 ਜੀ, ਇਹ 3 ਸਪੀਡ ਦੇ ਵਿੱਚ ਆਉਂਦਾ ਟਰੈਕਟਰ, 3 ਸਪੀਡ ਦੇ ਵਿੱਚ ਵੀਰੋ, ਮੈਕਰਾਰੋ ਗੇਅਰ ਦੇ ਵਿੱਚ, ਕਰਾਰੋ ਗੇਅਰ ਦੇ ਵਿੱਚ, ਹਾਂਜੀ ਕਰਾਰੋ ਗੇਅਰ ਤੇ। ਮੈਂ ਕਿਹਾ ਫਰੰਟ ਹਿੱਸਾ ਵੀ ਕਰਾਰੋ ਦਾ ਹੀ ਹੋਊਗਾ ਸ਼ਾਇਦ, ਇਹਦਾ ਫਰੰਟ ਹਿੱਸਾ ਵੀ ਕਰਾਰੋ ਦਾ, ਹਾਂਜੀ ਫਰੰਟ ਹਿੱਸਾ ਵੀ ਕਰਾਰੋ ਦਾ, ਹਾਂਜੀ ਹਾਂ। ਕਰਾਰੋ ਦਾ ਫਰੰਟ ਹਿੱਸਾ ਤੇ ਕਰਾਰੋ ਦੀ ਟਰਾਂਸਮਿਸ਼ਨ ਆ, ਹਾਂਜੀ। ਤੇ ਵੀਰ ਜੀ ਕਿੰਨੀ ਡਿਮਾਂਡ ਹੈ ਟਰੈਕਟਰ ਦੀ? ਇਹ ਵੀਰ ਜੀ ਆਪਾਂ 6.25 ਲੱਖ ਰੁਪਏ ਦਾ ਟਰੈਕਟਰ ਦੇਣਾ, 6.25 ਲੱਖ ਦਾ ਦੇਣਾ, ਹਾਂਜੀ ਠੀਕ ਆ ਠੀਕ ਹੈ। ਜਿਵੇਂ ਇਹਦੇ ਕਾਪੀ ਕਾਗਜ਼ ਵਗੈਰਾ ਬਿਲਕੁਲ ਸਾਰਾ ਕੁਝ ਕੰਪਲੀਟ ਮਿਲੂਗਾ ਜੀ ਤੁਹਾਨੂੰ ਇਹਦਾ, ਠੀਕ ਆ ਠੀਕ ਆ ਜੀ। ਇੰਜਨੀਅਰ ਵੀਰ ਦਾ ਟਰੈਕਟਰ ਬਿਲਕੁਲ ਓਕੇ ਜੀ? ਬਿਲਕੁਲ ਓਕੇ ਵੀਰ ਜੀ, ਠੀਕ ਆ ਠੀਕ। ਤੇ ਦੂਜਾ ਟਰੈਕਟਰ ਆ ਗਿਆ ਆਪਣੇ ਕੋਲ 47, ਹਾਂਜੀ 47-60-24, ਇਹ ਵੀ 60 HP ਦਾ ਮਿਲਦਾ ਹੈ ਨਾ ਜੀ? ਇਹ 60 HP ਦੇ ਵਿੱਚ ਆਉਂਦਾ ਜੀ, ਹਾਂਜੀ ਠੀਕ ਆ ਠੀਕ ਹੈ। ਇਹ ਤੁਹਾਡਾ ਵੈਸਟ ਬੰਗਾਲ ਦਾ ਨੰਬਰ ਹੈ ਜੀ ਇਹਦਾ? ਵੈਸਟ ਬੰਗਾਲ ਦਾ ਨੰਬਰ, ਹਾਂਜੀ ਠੀਕ ਹੈ। ਇਹ 2021 ਮਾਡਲ ਟਰੈਕਟਰ ਹੈ, 21 ਮਾਡਲ, ਹਾਂ 10ਵੇਂ ਮਹੀਨੇ 2021 ਦੀ ਇਹਦੀ ਮੈਨੂਫੈਕਚਰਿੰਗ ਹੈ ਟਰੈਕਟਰ ਦੀ, ਠੀਕ ਹੈ ਜੀ, ਹਾਂਜੀ। ਤੇ RC ਵਗੈਰਾ ਹੈਗਾ ਜੀ ਇਹਦੀ? ਇਹਦੀ RC ਮਿਲੂਗੀ ਵੀਰ ਜੀ ਤੁਹਾਨੂੰ, ਇਹਦੀ NOC ਵੀ ਮਿਲੂਗੀ, NOC ਮਿਲੂ ਜੀ, ਹਾਂ ਬੈਂਕ ਵਾਲੀ NOC ਵੀ ਮਿਲੂਗੀ। ਤੇ ਟ੍ਰਾਂਸਫਰ ਕਰਾਉਣ ਦੇ ਲਈ ਉੱਥੋਂ ਜਿਹੜੀ RTO ਤੋਂ NOC ਨਿਕਲਦੀ ਆ ਉਹ NOC ਵੀ ਤੁਹਾਨੂੰ ਮਿਲੂਗੀ, ਯਾਨੀ ਕਿ ਤੁਹਾਨੂੰ ਅੱਗੇ ਨਾਮ ਨੂਮ ਕਰਾਉਣ 'ਚ ਵੀ ਦਿੱਕਤ ਨਹੀਂ ਆਊਗੀ। ਜੇ ਪੰਜਾਬ ਦੇ ਵਿੱਚ ਨਾ ਆਉਣਾ ਫਿਰ ਤਾਂ ਟਰੈਕਟਰ ਇਹ ਪੰਜਾਬ ਨੰਬਰ ਲੱਗ ਜੂਗਾ ਜੋ ਤੁਸੀਂ ਆਪਣੇ ਨਾਮ, ਪੰਜਾਬ ਨੰਬਰ ਲਾਉਣਾ ਲੱਗ ਜੂਗਾ ਜੀ, ਹਾਂ ਲੱਗ ਜੂ, ਠੀਕ ਆ ਠੀਕ ਆ ਜੀ। ਇਹ ਕਿੰਨਾ 21 ਮਾਡਲ ਦੱਸਿਆ ਜੀ? 21 ਮਾਡਲ ਆ, ਹਾਂਜੀ 21 ਮਾਡਲ ਆ, ਹਾਂਜੀ ਠੀਕ ਆ ਜੀ। ਪਹਿਲਾਂ ਵਾਲਾ ਟਰੈਕਟਰ ਦਾ ਬ੍ਰਾਂਡ ਨਿਊ ਹੈ ਬਿਲਕੁਲ, ਕੋਈ ਦਿੱਕਤ? ਹਾਂਜੀ ਹਾਂ, ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਜੀ, ਠੀਕ ਆ, ਹਾਂਜੀ। ਬਾਕੀ ਟਾਇਰ ਵੀਰੋ ਦੇ ਜਿਹੜੇ ਪਿਛਲੇ ਟਾਇਰ ਨੇ, ਹਾਂਜੀ ਮਤਲਬ ਬਿਲਕੁਲ ਬ੍ਰਾਂਡ ਨਿਊ ਹੈ ਨੇ ਜੀ, 95% ਟਾਇਰ ਖੜੇ ਹੋਣਗੇ। ਬਸ ਵੀਰ ਜੀ ਤੁਸੀਂ ਐਂ ਮੰਨ ਕੇ ਚਲੋ ਵੀ ਲਗਭਗ 600 ਜਾਂ 700 ਘੰਟਾ ਟਰੈਕਟਰ ਚੱਲਿਆ ਹੋਇਆ, ਠੀਕ ਆ ਠੀਕ ਆ, ਹਾਂਜੀ।
ਰੀਜ਼ਨੇਬਲ ਦੱਸ ਰਿਹਾ ਆ। ਠੀਕ ਹੈ ਠੀਕ ਹੈ, ਬਹੁਤਾ ਫਰਕ ਨੀ ਹੈਗਾ। ਠੀਕ ਹੈ ਠੀਕ ਹੈ, ਹੋਣਾ ਚਾਹੀਦਾ ਨੌਲਨ ਦਾ ਕੋਈ ਮਾਨਦਾਨ ਮਾੜਾ ਮੋਟਾ ਕਰੇਗੇ? ਕੋਈ ਗੱਲ ਨੀ ਵੀਰ ਜੀ, ਤੁਸੀਂ ਆਏ ਹੋ ਤਾਂ ਅੱਲਾ ਤੁਹਾਡਾ ਨਾਮ ਲਊਗਾ ਤਾਂ ਜ਼ਰੂਰ। ਠੀਕ ਹੈ ਠੀਕ ਹੈ, ਹਾਂਜੀ। ਬਾਕੀ ਇਧਰ ਅੱਗੇ ਵੀਰੋ ਜੌਂੜੀ 53-10, ਹਾਂਜੀ, ਇਹ ਮਤਲਬ ਜਿਵੇਂ ਕਲਟੇ ਦਾ ਟਰੈਕਟਰ ਆ ਗਿਆ ਨਾ ਜੀ? ਹਾਂਜੀ ਹਾਂ, ਇਹ ਬਹੁਤ ਘੱਟ ਮਿਲਦੇ ਨੇ। ਹਾਂਜੀ, ਵੈਸੇ ਦੀ ਮਾਰਕੀਟ ਵੀ ਬਹੁਤ ਆ, ਇਹਦੀ ਕਾਫੀ ਡਿਮਾਂਡ ਹੈ। ਹਾਂਜੀ ਵੀਰੋ, ਕਾਲੇ ਟਿੱਡਾ ਜੌਂੜੀ ਔਰ ਇੱਕਾ ਦੁੱਕਾ ਪੀਸ ਜਿਹੜੇ ਮਿਲਦੇ ਨੇ। ਹਾਂਜੀ, ਜੇ ਕਿਸੇ ਮੇਰੇ ਵੀਰ ਨੇ ਲੈਣਾ ਤਾਂ ਉਹ ਬਾਈ ਉਹ ਖੜੇ ਆ। ਬਾਈ ਕਿੰਨੇ ਵਾਲਾ ਟਰੈਕਟਰ ਹੈ ਜੀ ਇਹ? ਵੀਰ ਜੀ 2010 ਮਾਡਲ ਹੈ। 2010 ਮਾਡਲ? ਹਾਂਜੀ। ਤੇ ਕਾਪੀ ਕਾਗਜ਼ ਵਗੈਰਾ ਓਕੇ ਜੀ? ਹਾਂਜੀ ਹਾਂਜੀ ਵੀਰ ਜੀ, ਬਿਲਕੁਲ ਜੀ, ਠੀਕ ਹੈ ਜੀ। ਨੰਬਰ ਕੰਪਲੀਟ ਹੈ, ਨੰਬਰ ਇਹਦਾ ਪਟਿਆਲੇ ਦਾ ਹੀ ਹੈ ਜੀ। ਪਟਿਆਲੇ ਦਾ ਨੰਬਰ ਆ, ਪੰਜਾਬ ਨੰਬਰ ਆ? ਹਾਂਜੀ ਹਾਂਜੀ, ਪੰਜਾਬ ਨੰਬਰ ਹੈ ਜੀ। ਵੀਰ ਜੀ ਆਪਾਂ 4,85,000 ਰੁਪਏ ਦਾ ਦੇਣਾ। 4,85,000 ਦੇਣਾ? ਹਾਂਜੀ। ਤੇ ਇਹ ਵੱਲੋਂ ਬਿਲਕੁਲ ਟਰੈਕਟਰ ਓਕੇ ਜੀ? ਇਹ ਬਿਲਕੁਲ ਓਕੇ ਟਰੈਕਟਰ ਹੈ ਜੀ। ਠੀਕ ਹੈ ਠੀਕ ਹੈ, ਹਾਂਜੀ। ਕਦੀ ਵੀ ਟਾਇਰਾਂ ਦੀ ਕੰਡੀਸ਼ਨ ਨੂੰ ਚੈੱਕ ਕਰਵਾ ਲੈਣਾ ਮਾਰਕੇ ਕਰਨਾ? ਪਿਛਲੇ ਟਾਇਰ ਪਏ ਨੇ 60%, ਮੂਹਰੇ ਟਾਇਰ ਵੀ ਛੇਵੇਂ ਚਾਰੇ ਟਾਇਰ ਦੀ ਕੰਡੀਸ਼ਨ 60% ਕੰਡੀਸ਼ਨ ਹੈਗੀ ਹੈ। ਬਾਕੀ ਆ ਜੋ ਹੋਰ ਤੁਹਾਨੂੰ ਦਿਖਾਉਂਦੇ ਅੰਦਰ ਖੜੇ ਨੇ, ਇੱਧਰ ਸੋਨਾਲੀਕਾ ਆ ਗਿਆ, ਇਹ ਕਿਹੜਾ ਜੀ ਸੋਨਾਲੀਕਾ? 60-50? ਇਹ ਵੀ ਜੀ 60 ਹੈ, ਮਾਈਲੇਜ ਮਾਸਟਰ ਜਿਹਨੂੰ MM ਕਹਿ ਦਿੰਦੇ ਆਪਾਂ। ਠੀਕ ਹੈ ਠੀਕ ਹੈ ਜੀ, 2016 ਮਾਡਲ ਟਰੈਕਟਰ ਹੈ ਇਹ। ਠੀਕ ਹੈ ਜੀ, ਤੇ ਨੰਬਰ ਇਹਦਾ ਵੀ ਵੈਸਟ ਬੰਗਾਲ ਦਾ ਹੀ ਹੈ। ਇਹ ਵੀ ਵੈਸਟ ਬੰਗਾਲ ਦਾ ਹੀ ਹੈ? ਹਾਂਜੀ। ਇਹਦੀ ਵੀ ਕਾਪੀ ਕਾਗਜ਼ ਵਗੈਰਾ NOC? ਇਹਦੀ ਕਾਪੀ ਕਾਗਜ਼ ਤੁਹਾਨੂੰ ਮਿਲਣਗੇ ਜੀ, NOC ਇਹਦੀ ਬੈਂਕ ਵਾਲੀ ਤੁਹਾਨੂੰ ਮਿਲੂਗੀ। ਠੀਕ, ਪਰ ਜਿਹੜੀ ਟ੍ਰਾਂਸਫਰ ਦੇ ਲਈ NOC ਆਉਂਦੀ ਆ ਉਹ ਨਹੀਂ ਵੀਰ ਜੀ ਇਹਦੀ ਅਵੇਲੇਬਲ ਹੀ ਹੈਗੀ। ਠੀਕ ਹੈ ਜੀ, ਉਹ ਅਵੇਲੇਬਲ ਨਹੀਂ ਹੈਗੀ? ਹਾਂਜੀ ਹਾਂ। ਠੀਕ ਹੈ ਜੀ, ਮੈਂ ਜਦੋਂ ਵੀ ਜਿਵੇਂ ਬੰਦੇ ਨੇ ਜਾ ਕੇ ਲੋਨ ਕਰਾਉਣਾ ਪਿਆ ਇਹਦੇ ਵਿੱਚੋਂ? ਨਹੀਂ, ਇਹ ਨਾਮ ਨਹੀਂ ਹੋਣਾ। ਠੀਕ ਹੈ, ਨਾਮ ਨਹੀਂ ਹੋਣਾ? ਹਾਂ, ਨਾਮ ਉਹੀ ਨਾਮ ਚੱਲੂਗਾ ਜਿਹਦੇ ਨਾਮ ਪਹਿਲਾਂ ਹੀ ਪਹਿਲਾਂ ਜੀ। ਹਾਂਜੀ, ਠੀਕ ਹੈ ਠੀਕ ਹੈ ਜੀ। ਥੋੜਾ ਮਾਡਲ ਦੱਸਿਆ ਜੀ ਇਹ ਆਪਾਂ ਨੇ? ਹਾਂਜੀ, ਥੋੜਾ ਮਾਡਲ ਦੱਸਿਆ? ਹਾਂਜੀ ਹਾਂ, 16 ਮਾਡਲ ਹੈ ਜੀ। 16 ਮਾਡਲ ਟਰੈਕਟਰ ਵੀਰੋ, ਬਾਕੀ ਟਾਇਰ ਟੂਡੇ ਦੇ ਵੀ ਲਗਭਗ ਹੈਗੇ ਨੇ, 50-60% ਟਾਇਰ ਖੜੇ ਨੇ। ਇੰਜਣ ਕਿਹੜਾ ਕਿਵੇਂ ਟਰੈਕਟਰ ਜੀ? ਹਾਂਜੀ, ਇੰਜਣ ਗੇਅਰ ਦਾ? ਇੰਜਣ ਗੇਅਰ ਦਾ ਠੀਕ ਹੈ ਵੀਰ ਜੀ, ਟਰੈਕਟਰ ਇਹ ਬਿਲਕੁਲ ਓਕੇ ਹੈ? ਹਾਂ ਹਾਂ, ਬਿਲਕੁਲ ਓਕੇ। ਠੀਕ ਹੈ ਠੀਕ ਹੈ। ਹਾਂਜੀ, ਕਿੰਨੀ ਡਿਮਾਂਡ ਟਰੈਕਟਰ ਦੀ? ਇਹ 3,15,000 ਰੁਪਏ ਦਾ ਜੀ। 3,15,000 ਟਰੈਕਟਰ? ਹਾਂਜੀ, ਠੀਕ ਹੈ ਠੀਕ ਹੈ। ਬਾਕੀ ਮਾੜਾ ਮੋਟਾ ਮਾਨਦਾਨ ਕਰ ਦਿੰਦੇ? ਬਹੁਤ ਘੱਟ ਜੀ, ਕਿਉਂਕਿ ਮੈਂ ਤੁਹਾਨੂੰ ਬਹੁਤ ਰੀਜ਼ਨੇਬਲ ਪ੍ਰਾਈਸ ਦੱਸ ਰਿਹਾ। ਠੀਕ ਹੈ ਜੀ। ਬਾਕੀ ਰੋਟਾਵੀਟਰ ਬਾਰੇ ਆਪਾਂ ਗੱਲ ਕਰ ਰਹੇ ਤੇ, ਹਾਂਜੀ, ਇਹਨਾਂ ਦੀ ਵੀ ਜਾਣਕਾਰੀ ਦੋ ਜੀ? ਰੋਟਾਵੀਟਰ ਵੀਰ ਜੀ ਸਾਡੇ ਕੋਲ ਏਜੰਸੀ ਆ ਹੁਣ ਪ੍ਰੀਤੀ, ਠੀਕ ਹੈ, ਇਹ ਕਰਕੇ ਅਸੀਂ ਮਤਲਬ ਲਏ ਹੋਏ ਨੇ ਇਹ। ਆਪਣੇ ਕੋਲ ਸਾਰੇ ਸਾਈਜ਼ ਦੇ ਜਿਹੜੇ ਅਵੇਲੇਬਲ ਨੇ, ਸਾਰੇ 5 ਫੁੱਟ ਤੋਂ ਲੈ ਕੇ 8 ਫੁੱਟ ਤੱਕ, ਜਿਵੇਂ ਕਿ 5 ਫੁੱਟ ਵਾਲਾ ਹੋ ਗਿਆ, 6 ਵਾਲਾ ਹੋ ਗਿਆ, 7 ਵਾਲਾ ਹੋ ਗਿਆ, 8 ਫੁੱਟ ਵਾਲਾ ਹੋ ਗਿਆ। ਹਾਂਜੀ, ਠੀਕ ਹੈ ਠੀਕ ਹੈ। ਜਿਵੇਂ ਇੱਧਰ ਮਤਲਬ ਜੀ ਇਹ 7 ਫੁੱਟ ਦੇ ਵਿੱਚ ਆ ਨਾ ਜੀ? ਇਹ 7 ਫੁੱਟ ਦਾ ਜੀ, ਜਿਹੜਾ ਪਿੱਛੇ ਪਿਆ ਇਹ ਦੋਨੋਂ, ਇਹ 8 ਫੁੱਟ ਦੇ ਨੇ, 8 ਫੁੱਟ ਦੇ ਨੇ। ਹਾਂਜੀ, ਬਾਕੀ ਸਾਈਜ਼ ਉਹ ਪਿੱਛੇ ਪਏ ਨੇ ਜੀ ਸਾਰੇ। ਠੀਕ ਹੈ ਠੀਕ ਹੈ। ਹਾਂਜੀ, ਇਹ ਮਤਲਬ ਇਹਦੇ ਵਿੱਚ ਮਲਟੀ ਗੇਅਰ ਦੇ ਵਿੱਚ ਨੇ ਜੀ? ਮਲਟੀ ਗੇਅਰ ਦੇ ਵਿੱਚ ਨੇ ਜੀ। ਮਤਲਬ
₹85,000 ₹95,000 ਹੁਣ ਪਤਾ ਮੈਨੂੰ ਲੱਗਦਾ ਆਮ ਤਾਂ 1.25 ਲੱਖ ਰੁਪਏ ਦੇ ਹਾਂ ਬਿਲਕੁਲ ਜੀ ਬਿਲਕੁਲ 1.25 ਲੱਖ ਰੁਪਏ ਦੇ ਲਗਭਗ ਹੈ ਜੀ ਹਾਂਜੀ ਹੈਗੇ ਨੇ ਜੀ ਸਹੀ ਗੱਲ ਜੇ ਕਿਸੇ ਵੇਲੇ ਭਰਾ ਨੇ ਲੈਣਾ ਤਾਂ ਵੀਰ ਹੁਣ ਸ਼ੁਰੂ ਦੇ ਵਿੱਚ ਆਪਾਂ ਨੂੰ ਐਡਰੈਸ ਤੇ ਲੋਕੇਸ਼ਨ ਏਜੰਸੀ ਦੀ ਪਾਈ ਹੈ ਤੁਸੀਂ ਆ ਕੇ ਰੋਟਾਵੇਟਰ ਵੀ ਲਿਜਾ ਸਕਦੇ ਹੋ ਜੀ ਆ ਕੇ ਆਪਾਂ ਗੱਲ ਕਰਨੇ ਹਾਂਜੀ ਹਾਂਜੀ ਆ ਜਾਓ ਜੀ ਇਹ ਟਰੈਕਟਰ ਕਿਹੜਾ ਜੀ ਡਿਊਜ਼ ਫਾਰ ਜੀ ਇਹ ਵੀਰ ਜੀ ਡਿਊਜ਼ ਫਾਰ ਟਰੈਕਟਰ ਹੈ ਠੀਕ ਹੈ ਜੀ ਹਾਂਜੀ ਕਿੰਨਾ ਮਾਡਲ ਜੀ ਇਹ 17 ਮਾਡਲ ਹੈ ਜੀ 17 ਮਾਡਲ ਹੈ ਜੀ 55 HP ਦੇ ਵਿੱਚ ਆ 55 HP ਦੇ ਵਿੱਚ ਹਾਂਜੀ ਮਤਲਬ ਜਿਹੜੀ ਜਰਮਨ ਦੀ ਕੰਪਨੀ ਦਾ ਫਾਇਦਾ ਹੈ ਹੈ ਨਾ ਜੀ ਮੇ ਵੀ ਸ਼ਾਇਦ ਹਾਂਜੀ ਇਟਲੀ ਦੀ ਹੈ ਜੀ ਇਟਲੀ ਦੀ ਹਾਂਜੀ ਠੀਕ ਹੈ ਠੀਕ ਹੈ ਇਹਨੂੰ 3-speed ਗੇਅਰਬਾਕਸ ਲੱਗਿਆ ਹੈ ਜੀ ਠੀਕ ਹੈ ਜੀ ਹਾਂਜੀ ਮਤਲਬ ਇਹਦੇ ਵਿੱਚ ਤਾਂ ਉਹ ਫੀਚਰ ਖਾਸੇ ਹਾਂਜੀ ਹਾਂ ਕਾਫੀ ਫੀਚਰ ਨੇ ਬਾਕੀ ਇਹਦੀ ਬਿਲਟ ਕੁਆਲਿਟੀ ਬਹੁਤ ਸੋਹਣੀ ਹੈ ਟਰੈਕਟਰ ਠੀਕ ਹੈ ਠੀਕ ਹੈ ਜੀ ਹਾਂਜੀ ਬਾਕੀ ਟਾਇਰ ਟੂਰ ਦਿਖਾ ਦੇ ਕਦੀ ਬਾ ਕਿੰਨਾ 17 ਮਾਡਲ ਦੱਸਿਆ ਜੀ 17 ਮਾਡਲ ਹੈ ਹਾਂਜੀ ਇਹ ਨੰਬਰ ਕਿੱਥੋਂ ਦਾ ਇਹ ਪੰਜਾਬ ਦਾ ਨੰਬਰ ਹੈ ਜੀ ਪੰਜਾਬ ਦਾ ਨੰਬਰ ਹੈ ਹਾਂਜੀ ਹਾਂ ਠੀਕ ਹੈ ਠੀਕ ਹੈ ਲੁਧਿਆਣੇ ਦਾ ਰਜਿਸਟਰਡ ਹੈ PV ਦਾ ਠੀਕ ਹੈ ਠੀਕ ਹੈ ਜੀ ਇਹ ਜਿਵੇਂ ਇੰਜਨ ਗੇਅਰ ਵੀ ਲੋਕ ਓਕੇ ਹੈ ਟਰੈਕਟਰ ਜੀ ਬਿਲਕੁਲ ਓਕੇ ਹੈ ਬਿਲਕੁਲ ਓਕੇ ਆ ਆ ਜਿਹੜੇ ਟਾਇਰ ਨੇ ਇਹ ਇਹਦੇ ਨਾਲ ਦੇ ਹੀ ਨੇ ਟਰੈਕਟਰ ਦੇ ਠੀਕ ਹੈ ਠੀਕ ਹੈ ਹਾਂਜੀ ਚੱਲੇ ਵੀ ਘੱਟੇ ਹੋਊਗਾ ਮੇਰੇ ਹਿਸਾਬ ਨਾਲ ਹਾਂ ਤੁਸੀਂ ਮੰਨ ਕੇ ਚਲੋ ਇਹ ਮੀਟਰ ਤੇ ਚੈੱਕ ਕਰਕੇ ਤੁਸੀਂ ਦੱਸ ਦਿਓ ਕਿੰਨਾ ਆ ਇਹ ਨਾਲ ਦਾ ਹੀ ਹੈ ਮੀਟਰ ਮੈਨੂੰ ਲੱਗਦਾ ਦੂਸਰਾ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਹੈ ਹਾਂ ਜੀ ਚਾਬੀ ਮੰਨ ਕੇ ਚਲੋ ਵੀਰ ਜੀ ਵੀ ਇਹ 3500-4000 ਘੰਟਾ ਚੱਲਿਆ ਹੋਊਗਾ ਹਾਂ ਜੀ ਬਸ ਉਹੀ 3823 ਘੰਟਾ ਹੈ 3823 ਹਾਂ ਜੀ ਬਸ ਵੀਰ ਜੀ ਮੈਂ ਤੁਹਾਨੂੰ 3823 ਘੰਟਾ ਟਰੈਕਟਰ ਚੱਲਿਆ ਹੋਇਆ ਹੈ ਬਾਕੀ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਉਹਦੇ ਪਏ ਨੇ 60-70% ਟਾਇਰ ਹੈਗੇ ਨੇ ਹੜਾ ਜੀ ਪਿਛਲੇ ਵੀ ਹੈਗੇ ਨੇ 40-45% ਟਾਇਰ ਇਹਦੀ ਕਿੰਨੀ ਡਿਮਾਂਡ ਹੈ ਵੀਰ ਜੀ ਇਹ ਵੀ ਜੀ 4.5 ਲੱਖ ਰੁਪਏ ਦਾ ਦੇਣੇ ਜੀ 4.5 ਲੱਖ ਦਾ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਇੱਧਰ ਇੱਕ ਹੋਰ ਆ ਗਿਆ ਵੀ ਦਿਖਾ ਡਿਊਜ਼ ਫਾਰ ਇਹ ਇਹ ਛੋਟਾ ਆ ਗਿਆ ਵੀਰ ਜੀ ਇਹ 30-40 ਇਹ ਛੋਟੀ ਹਾਊਸ ਪਾਵਰ ਦਾ ਆ ਇਹ ਕੱਲੇ ਪਾਵਰ ਦੇ ਹਾਈ ਲੋ ਦੇ ਵਿੱਚ ਆਉਂਦਾ ਇਹ 40 HP ਦੇ ਵਿੱਚ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਇਹ ਕੱਲਾ ਹਾਈ ਲੋ ਦੇ ਵਿੱਚ ਆ ਇਹ ਵੀ ਪੰਜਾਬ ਨੰਬਰ ਹੈ ਇਹ ਵੀ ਪੰਜਾਬ ਨੰਬਰ ਆ ਹਾਂਜੀ ਠੀਕ ਹੈ ਠੀਕ ਹੈ ਔਰ ਇਹਨੂੰ ਜਿਹੜਾ ਗੇਅਰ ਬਾਕਸ ਆ ਇਹ ਕਰਾਰੂ ਦਾ ਲੱਗਿਆ ਹੈ ਇਹ ਕਰਾਰੂ ਦਾ ਲੱਗਿਆ ਹੋਇਆ ਇਹ ਕਰਾਰੂ ਦਾ ਗੇਅਰ ਬਾਕਸ ਹੈ ਜੀ ਠੀਕ ਹੈ ਜੀ ਬਾਕੀ ਟਾਇਰ ਨੂੰ ਦਿਖਾ ਦਿਆ ਕਰੀ ਸਮਾਰ ਕੇ ਚੈੱਕ ਕਰ ਲਓ ਕਿੰਨੀ ਡਿਮਾਂਡ ਕਰਦੇ ਟਰੈਕਟਰ ਦੀ ਆਪਾਂ ਜੀ ਇਹਦੀ ਜੀ ਇੱਕ ਟਰੈਕਟਰ ਜੀ ਆਪਾਂ ਦੇ ਦੇਵਾਂਗੇ ਤਕਰੀਬਨ 2.5 ਲੱਖ ਰੁਪਏ ਦਾ ਜੀ 2.5 ਲੱਖ ਦਾ ਠੀਕ ਹੈ ਠੀਕ ਹੈ ਜੀ ਟਾਇਰ ਹੈਗੇ ਨੇ ਲਗਭਗ ਜੀ ਮਤਲਬ ਵੀ 45% ਪਿਛਲੇ ਨੇ ਮੁੱਲੇ 50% ਟਾਇਰ ਖੜੇ ਨੇ ਜੀ ਹਾਂਜੀ ਵੀਰ ਜੀ ਤੇ ਕਿੱਧਰ ਆ ਗਿਆ ਜੀ ਸੋਲਿਸ ਇਹ ਕਿੰਨਾ ਮਾਡਲ ਮੁੱਲ ਜੀ ਇਹ ਵੀਰ ਜੀ ਉਹ ਸੇਮ ਹੀ ਆ ਬਾਹਰਲੇ ਨਾਲ ਦਾ ਹੀ ਆ ਠੀਕ ਹੈ ਜੀ ਸੇਮ ਮਾਡਲ ਹੈ ਜੀ ਦੋਨੋਂ ਜਿਹੜੇ ਟਰੈਕਟਰ ਨੇ ਠੀਕ ਹੈ ਸੇਮ ਹੀ ਨੇ ਇਹ ਵੀ 2021 ਮਾਡਲ ਹੈ ਠੀਕ ਹੈ ਠੀਕ ਔਰ ਨੰਬਰ ਇਹਦਾ ਵੀ ਵੈਸਟ ਬੰਗਾਲ ਦਾ ਹੀ ਆ ਵੈਸਟ ਬੰਗਾਲ ਦਾ ਠੀਕ ਹੈ ਤੇ ਬਾਕੀ ਸਾਰੇ ਫੀਚਰ ਔਰ ਲਗਭਗ ਸਾਰਾ ਰੇਟ ਵਗੈਰਾ ਇਹਦਾ ਸੇਮ ਹੀ ਹੈ ਟਾਇਰ ਟੂਰ ਵੀ ਕੋਈ ਸਨ ਹਾਂ ਹਾਂ ਸੇਮ ਹੀ ਹੈ ਵੀਰ ਲਗਭਗ ਬਾਕੀ ਐਨਓਸੀ ਵਗੈਰਾ ਇਹਦੀ ਵੀ ਸਭ ਕੁਝ ਮਿਲੂਗਾ ਇਹਦੀ ਐਨਓਸੀ ਮਿਲੂਗੀ ਇਹ ਇੱਥੇ ਟ੍ਰਾਂਸਫਰ ਹੋ ਕੇ ਪੰਜਾਬ ਨੰਬਰ ਲੱਗ ਜੂਗਾ ਠੀਕ ਹੈ ਠੀਕ ਹੈ ਜੀ ਹਾਂਜੀ ਤੇ
ਇਹਦੀ ਵੀ ਸੇਮ ਹੀ ਡਿਮਾਂਡ ਆ ਜੀ? ਹਾਂਜੀ ਵੀਰ ਜੀ, ਇਹਦੀ ਸੇਮ ਆ ਜੀ। ਠੀਕ ਆ ਠੀਕ। ਹਾਂਜੀ ਬਾਕੀ ਵੀ ਰੋਟਾ ਪਿਟਰਾਂ ਦੇ ਇੱਧਰ ਨਹੀਂ ਕੰਮ ਰਾਜੇ, ਰੋਟਾ ਪਿਟਰ ਖੜੇ ਨੇ। ਬਾਕੀ ਜਿਵੇਂ ਜੀ ਕਿੰਨੇ ਕਿੰਨੇ ਐਚ ਪੀ ਦਾ ਤੁਹਾਨੂੰ ਜਿਵੇਂ ਤੁਹਾਨੂੰ ਤਾਂ ਪਤਾ ਹੋਊਗਾ ਜੀ, ਕੰਪਨੀ ਦੱਸਦੀ ਹੈ ਵੀ ਉਹਨਾਂ ਨੂੰ ਚਲਾਉਣ ਵਾਸਤੇ ਕੰਪਨੀ ਕਿੰਨੇ ਐਚ ਪੀ ਰਿਕੁਆਇਰਮੈਂਟ ਟਰੈਕਟਰ ਦੀ ਮੰਗਦੀ ਹੈ ਜੀ? 8 ਫੁੱਟੇ ਤੇ 8 ਫੁੱਟਾ ਜਿਹੜਾ ਰੋਟਾਵੇਟਰ ਵਿੱਚ ਤਕਰੀਬਨ 60 ਤੋਂ 65 ਐਚ ਪੀ ਦਾ ਟਰੈਕਟਰ ਵਧੀਆ ਚਲਾਈ ਜਾਂਦਾ ਜੀ। ਠੀਕ ਹੈ ਠੀਕ ਹੈ ਜੀ। ਹਾਂਜੀ ਬਾਕੀ ਵਧੀਆ ਸਭ ਤੋਂ ਪਹਿਲਾਂ ਜੀ ਆਪਣੇ ਇਹਨਾਂ ਦੇ ਆਪਣੇ ਕੰਟੈਕਟ ਨੰਬਰ ਬੋਲਦਾ ਜੀ। ਅੱਛਾ ਜੀ ਵੀਰ ਜੀ, ਮੇਰਾ ਜਿਹੜਾ ਕੰਟੈਕਟ ਨੰਬਰ ਆ ਉਹ 94633-69295 ਹੈ ਜੀ। ਠੀਕ ਹੈ ਜੀ। ਹਾਂਜੀ ਅਤੇ ਹੋਰ ਕੋਈ ਕੰਟੈਕਟ ਨੰਬਰ ਹੈਗਾ ਜੀ? ਜਾਂ ਫਿਰ ਮੇਰੇ ਫਾਦਰ ਸਾਹਿਬ ਇੱਥੇ ਮੇਰੇ ਨਾਲ ਹੀ ਹੁੰਦੇ ਨੇ ਜੀ। ਠੀਕ ਹੈ। ਉਹਨਾਂ ਦਾ ਕੰਟੈਕਟ ਨੰਬਰ ਹੈਗਾ ਆ 98154। ਠੀਕ ਹੈ ਜੀ। 46225। ਠੀਕ ਠੀਕ। ਹਾਂਜੀ ਹਾਂਜੀ ਵੀਰੋ, ਇਹ ਸੀ ਵੀਰੋ ਨੇ ਕੰਟੈਕਟ ਨੰਬਰ ਵੀਰ ਜੀ ਦੇ ਫਾਦਰ ਸਾਹਿਬ ਦਾ ਅਤੇ ਇਹਨਾਂ ਦਾ ਵੀ। ਜੇਕਰ ਕਿਸੇ ਮੇਰੇ ਭਰਾ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ, ਪੰਜਾਬ ਨੰਬਰ ਜਾਂ ਵੈਸਟ ਬੰਗਾਲ ਦਾ ਬਾਹਰਲਾ ਨੰਬਰ ਜਾਂ ਫਰੀਦ ਦੇ ਰੋਟਾਵੇਟਰ ਲੈਣਾ ਹੋਵੇ ਤਾਂ ਤੁਸੀਂ ਕੰਟੈਕਟ ਕਰਕੇ ਆ ਕੇ ਟਰੈਕਟਰ ਜਾ ਸਕਦੇ ਹੋ। ਬਾਕੀ ਜਾਣਸੀ ਦੀ ਤੁਹਾਨੂੰ ਬੜਾ ਵੀਰ ਨੇ ਸ਼ੁਰੂ ਦੇ ਵਿੱਚ ਦੱਸੀ ਦਿੱਤੀ ਹੈ। ਬਾਕੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ, ਤੁਹਾਨੂੰ ਪ੍ਰੋਬਲਮ ਕਿਉਂਕਿ ਤੁਹਾਡਾ ਟਾਈਮ ਦਿਆ ਜੀ। ਓਕੇ ਵੀਰ ਜੀ, ਓਕੇ ਜੀ, ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਲ ਆਈਕਨ ਦਬਾ ਕੇ ਆਲ ਦੇ ਬਟਨ ਕਰ ਦਿਓ ਪ੍ਰੈਸ। ਆਪਣੀ ਵੀਡੀਓ ਕੋਲ ਲਾਈਕ ਕਮੈਂਟ, ਧੰਨਵਾਦ ਜੀ।